ਦੇ ਲੱਤਾਂ ਨੇ ਡਿਸਕਰੀਨ ਨਾ ਮੇਰੇ ਕੋਲ ਜੇ ਮੈਂ ਗੋਲੀ ਘੋਲ ਖਾ ਲੈਂਦੀ ਫਿਰ ਮੇਰਾ ਸਰੀਰ ਫੁੱਲ ਵਰਗਾ ਰਿਹਾ ਸਾਰਾ ਕੰਮ ਕਰ ਲੈਂਦੀ ਯਾਨੀ ਕਿ ਫੀਮ ਇੱਕ ਦਵਾਈ ਦਾ ਕੰਮ ਕਰਦੀ ਹੈ ਨਾ ਵਧੀਆ ਚੀਜ਼ ਹੈਗੀ ਇਹ ਮਾੜੀ ਨਹੀਂ ਹੈਗੀ ਤੁਸੀਂ ਦੱਸੋ ਜੀ ਮੈਨੂੰ ਤਾਂ ਜੀ ਹੈਗੀ ਆ ਪ੍ਰੋਬਲਮ ਆਪਣੇ ਉਹਦੀ ਹਾਰਟ ਦੀ ਅੱਛਾ ਜੀ ਹਾਰਟ ਦੀ ਪ੍ਰੋਬਲਮ ਆ ਇੱਕ ਥਾਇਰਾਇਡ ਦੀ ਪ੍ਰੋਬਲਮ ਆ ਇੱਕ ਗੋਡਿਆਂ ਦੀ ਪ੍ਰੋਬਲਮ ਆ ਠੀਕ ਆ ਜੇ ਅਸੀਂ ਦਵਾਈ ਇਹ ਨਹੀਂ ਲੈਂਦੇ ਹੈਗੇ ਜੇ ਮਾੜੀ ਜਿਹੀ ਕਾਲਾ ਮਾਲ ਮਿਲ ਜਾ ਬੰਦੇ ਨੂੰ ਪੂਰਾ ਸਾਨੂੰ ਇੱਕ ਦਵਾਈ ਤੌਰ ਤੇ ਨੁਕਸਾਨ ਹੈ ਜਿੰਨੇ ਵੀ ਇੱਥੇ ਬੈਠੇ ਆ ਨਾ ਸਾਰੇ ਹੀ ਖਾਸ ਖਾਸ ਦੀ ਖੇਤੀ ਯਾਨੀ ਕਿ ਅਫੀਮ ਦੀ ਖੇਤੀ ਦੀ ਮੰਗ ਕਰਦੇ ਆ ਸਾਨੂੰ ਨਹੀਂ ਇਹ ਚੀਜ਼ ਮਿਲਦੀ ਹੈਗੀ ਤਾਂ ਸਾਨੂੰ ਜ਼ਹਿਰ ਦੀ ਗੋਲੀ ਵੀ ਦੇ ਕੇ ਮਾਰ ਸਕਦੇ ਆ ਸਾਡੇ ਬੱਚੇ ਸਭ ਤੋਂ ਬਹੁਤ ਤੰਗ ਹੋਤੇ ਠੀਕ ਹੈ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਖੇਤੀ ਬਾਰੇ ਖੇਤੀ ਵਾਲਾ ਜੀ ਇਹ ਆਪਣੇ ਪੰਜਾਬ ਦੇ ਵਿੱਚ ਆਮ ਖੇਤੀ ਹੋਣੀ ਚਾਹੀਦੀ ਹੈ ਕੁੱਕੀ ਡੋਡੇ ਫੀਮ ਮੱਛ ਮਾਰ ਮਾਰ ਕੇ ਕੱਢ ਕੇ ਖਾਵਾਂਗੇ ਅਸੀਂ ਤੇ ਕੰਮ ਕਰਾਂਗੇ ਗੋਲੀਆਂ ਵਗੈਰੀਆਂ ਇਸ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਪੂਰਾ ਜ਼ੋਰ ਲਾ ਕੇ ਠੀਕ ਹੈ ਦਾਰੂ ਇੱਕ ਲੜਾਈ ਦਾ ਘਰ ਹੈ ਦਾਰੂ ਇੱਕ ਲੜਾਈ ਦਾ ਘਰ ਆ ਦਾਰੂ ਬੰਦ ਕਰੀ ਜਾਣ ਦੇਖ ਲਓ ਜੀ ਇੱਥੇ ਜਿੰਨੇ ਵੀ ਜਣੇ ਖੜੇ ਆ ਨਾ ਸਾਰੇ ਹੀ ਮਰੀਜ਼ ਨੇ ਕੋਈ ਸ਼ੂਗਰ ਦਾ ਕੋਈ ਬੀਪੀ ਕੋਈ ਕਿਸੇ ਨੂੰ ਅਟੈਕ ਦੀ ਪ੍ਰੋਬਲਮ ਹੈ ਕਿਸੇ ਨੂੰ ਗੋਡਿਆਂ ਦੇ ਜੋੜਾਂ ਦੀ ਹੈਗੀ ਸਾਰਿਆਂ ਨੂੰ ਠੀਕ ਹੈ ਜੀ ਸਾਰੇ ਇਹ ਗੋਲੀਆਂ ਸਾਰਿਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਅਸੀਂ ਦਵਾਈਆਂ ਲੈ ਲੈ ਕੇ ਦਰਦ ਦੀਆਂ ਤਾਂ ਸਾਰਦੇ ਆ ਹਾਂ ਜੀ ਯਾਨੀ ਕਿ ਆਮ ਖੇਤੀ ਆ ਇਹ ਇੱਕ ਸਰਕਾਰ ਅੱਗੇ ਮੰਗ ਹੈ ਕਿ ਸਾਰਿਆਂ ਦੀ ਵੀ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋ ਜਾਵੇ ਤੇ ਪਾਣੀ ਜਵਾਨੀ ਕਿਸਾਨੀ ਵੀ ਬਚ ਸਕਦੀ ਹੈ ਤੇ ਹੁਣ ਇਹ ਬਿਮਾਰੀਆਂ ਤੋਂ ਵੀ ਖਹਿੜਾ ਛੁੱਟ ਜੂਗਾ ਜਿਹੜੇ ਲੋਕ ਬਿਮਾਰ ਪਏ ਨੇ ਅੱਧੇ ਹਸਪੀਟਲ ਖਾਲੀ ਹੋ ਜੂਗੇ ਹਸਪੀਟਲ ਭਰੇ ਪਏ ਨੇ ਮਰੀਜ਼ਾਂ ਦੇ ਨਾਲ ਹਾਂਜੀ ਬਾਈ ਜੀ ਨਾ ਜੇ ਸਰਕਾਰ ਭੁੱਕੀ ਨਹੀਂ ਖੋਲ ਸਕਦੀ ਫਿਰ ਆਪਣੀ ਸ਼ਰਾਬ ਵੀ ਬੰਦ ਕਰ ਸਕਦੀ ਹਾਂ ਸ਼ਰਾਬ ਦੇ ਕਿੰਨੇ ਨੁਕਸਾਨ ਨੇ ਠੀਕ ਹੈ ਜੀ ਤੁਸੀਂ ਖਾਸ ਖਾਸ ਦੀ ਖੇਤੀ ਗੱਲ ਸਹਿਮਤ ਹੈ ਹੱਥ ਖੜੇ ਕਰ ਦੋ ਸਾਰੇ ਹੋਣੀ ਚਾਹੀਦੀ ਹੈ ਨਾ ਇਹ ਠੀਕ ਹੈ ਜੀ ਧੰਨਵਾਦ ਜੀ